ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੇਰਾ ਨਾਮ ਹੈ ਦੀਪ ਬਾਜਵਾ, ਅੱਜ ਇੱਕ ਫਿਰ ਸੌਂਗ ਲਿਖਿਆ। ਸੋ ਕਾਫੀ ਜਣਿਆਂ ਨੇ ਮੈਨੂੰ ਕਿਹਾ ਸੀਗਾ ਕਿ ਸਰਦਾਰੀ 'ਤੇ ਆਪਣੀ ਸਿੱਖੀ 'ਤੇ ਸੌਂਗ ਲਿਖ, ਜਿਹੜੇ ਆ ਮੁੰਡੇ ਕੇਸ ਕਦਰ ਕਰਾ ਰਹੇ ਆ। ਸੋ ਮੈਂ ਕਿਹਾ ਕੋਈ ਗੱਲ ਨਹੀਂ, ਲਿਖ ਦਿੰਦੇ। ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀਗੀ ਅਤੇ ਹੁਣ ਫਿਰ ਇੱਕ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ। ਸੋ ਜੇ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ। ਪਹਿਲਾਂ ਮੈਨੂੰ ਇੱਕ ਗੱਲ ਦੱਸੋ ਯਾਰ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਹਰੀ ਭਰੀ ਟਾਲੀ ਬਣਾ ਕੇ ਭੇਜਿਆ ਇਸ ਦੁਨੀਆ 'ਤੇ, ਅਸੀਂ ਕਾਹਤੋਂ ਕਿੱਕਰ ਬਣਦੇ ਹਾਂ, ਆਪਣੇ ਪੈਰ 'ਤੇ ਆਪ ਘੋੜਾ ਮਾਰ ਰਹੇ ਹਾਂ। ਕਿਉਂ ਮਾਰ ਰਹੇ ਹਾਂ? ਕੁੜੀਆਂ ਪਿੱਛੇ ਲੱਗ ਕੇ ਕੇਸ ਕਦਰ ਕਰਾ ਰਹੇ ਹਾਂ, ਜਾਂ ਸਾਨੂੰ ਗਰਮੀ ਲੱਗਦੀ ਹੈ ਤਾਂ ਕਰਾ ਰਹੇ ਹਾਂ? ਕੀ ਕਮੀ ਕੀ ਹੈ ਸਿੱਖੀ 'ਚ? ਗੁਰੂ ਸਾਹਿਬ ਨੇ ਆਖਿਆ ਸੀ ਕਿ ਮੈਂ ਮੌਤ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ। ਅਤੇ ਸਾਡੇ ਤਾਂ ਜ਼ਮੀਰ ਹੀ ਮਰੇ ਹੋਏ ਆ, ਅਸੀਂ ਚਾਰ ਬੰਦਿਆਂ 'ਚ ਬਹਿ ਕੇ ਗੱਲ ਹੀ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕੇਸ ਕਤਲ ਕਰਾ ਰਹੇ ਹਾਂ, ਟੋਪੀਆਂ ਪਾ ਰਹੇ ਹਾਂ। ਸੋ ਜੇ ਅਸੀਂ ਕੇਸ ਕਤਲ ਕਰਾ ਦਾਂਗੇ ਤਾਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਉਹਨਾਂ ਨੇ ਤਾਂ ਰੱਖਣੇ ਨਹੀਂ। ਅੱਜ ਤਾਂ ਫਿਰ ਵੀ ਰੱਖ ਕੇ ਕਟਾ ਰਹੇ, ਉਹਨਾਂ ਨੇ ਤਾਂ ਰੱਖਣੇ ਨਹੀਂ। ਜਿੰਨੇ ਕੇਸ ਸਾਂਭੇ ਜਾਂਦੇ ਆ ਉਨੇ ਘੱਟ ਆ, ਠੀਕ ਆ? ਇਹਨੂੰ ਸਾਂਭੋ, ਮਹਿੰਗੇ ਮੁੱਲ ਸਰਦਾਰੀ ਮਿਲੀ, ਮਹਿੰਗੇ ਮੁੱਲ ਸਾਂਭੋ ਇਹਨੂੰ। ਜਿੰਨਾ ਸਾਂਭਿਆ ਜਾਂਦਾ ਉਨਾ ਹੀ ਥੋੜ੍ਹਾ ਵਾ। ਸੁਣ ਸੁਣ ਸੁਣੋ, ਦਸ਼ਮੇਸ਼ ਪਿਤਾ ਨੇ ਪੁੱਤ ਚਾਰ ਵਾਰੇ, ਬੜੇ ਆਏ ਸੀ ਬੜੇ ਡਰਾਉਣ ਲੱਗੇ, ਆ ਜਿਹੜੀ ਧੌਣ ਕਦੇ ਝੁਕੀ ਨਹੀਂ ਸੀ ਜ਼ਾਬਰਾਂ ਅੱਗੇ, ਤੇ ਕਾਹਤੋਂ ਨਾਈਆਂ ਮੂਹਰੇ ਬੈਠ ਕੇ ਚੁਕਾਉਣ ਲੱਗੇ, ਲੱਖ ਟੋਪੀਆਂ ਨਾ ਸੈਲਫੀਆਂ ਪਈ ਜਾਂਦੇ, ਸਾਡਾ ਹੀਰਿਆਂ ਤੋਂ ਉੱਚਾ ਏ ਤਾਜ, ਅਸੀਂ ਪਹਿਲ ਕਦੇ ਕਰਦੇ ਨਹੀਂ ਆਪਦੀ, ਇੱਥੇ ਪਾੜ ਦਿੰਦੇ ਕਾਵਾਂ ਨੂੰ ਬਾਜ, ਇੱਥੇ ਪਾੜ ਦਿੰਦੇ ਕਾਵਾਂ ਨੂੰ ਬਾਜ। ਉਹ ਛੇ ਛੇ ਫੁੱਟੇ ਸਿੰਘ ਯੂਕਦੇ ਆ ਬੱਲੇ ਆ, ਛੇ ਛੇ ਫੁੱਟੇ ਸਿੰਘ, ਹਾਂ ਫੁੱਟੇ ਸਿੰਘ ਯੂਕਦੇ ਆ ਬੱਲੇ ਆ, ਦਲੇਰੀ ਸਾਡੇ ਪੈਰ ਚੁੰਮਦੀ ਚੁੰਮਦੀ, ਉਹ ਬਾਜ ਵਾਂਗੂ ਅੱਖ ਸਿੰਘਾਂ ਦੀ ਆ ਰਹਿੰਦੀ ਘੁੰਮਦੀ, ਬਾਜ ਵਾਂਗੂ ਅੱਖ ਸ਼ੇਰਾਂ ਦੀ ਆ ਰਹਿੰਦੀ ਘੁੰਮਦੀ, ਉਹ ਬਾਜ ਵਾਂਗੂ ਅੱਖ ਸਿੰਘਾਂ ਦੀ ਆ ਰਹਿੰਦੀ ਘੁੰਮਦੀ। ਇੱਕ ਗੱਲ ਮੈਨੂੰ ਅੰਦਰੋਂ ਅੰਦਰ ਖਾਈ ਜਾਵੇ, ਇਹ ਕਿੱਧਰ ਨੂੰ ਮੇਰੀ ਸਿੱਖ ਕੌਮ ਜਾ ਰਹੀ, ਸਭ ਤੋਂ ਸੋਹਣਾ ਤਾਜ ਛੱਡ ਕੇ, ਟੋਪੀਆਂ ਪਾ ਕੇ ਸੈਲਫੀਆਂ ਲਾ ਰਹੀ, ਟੋਪੀਆਂ ਪਾ ਕੇ ਸੈਲਫੀਆਂ ਲਾ ਰਹੀ। ਇੱਕ ਗੱਲ ਮੇਰੀ ਸੁਣ ਲਓ ਕੰਨ ਖੋਲ ਕੇ, ਤੇ ਦੇ ਤੇ ਅਮਲ ਵੀ ਰੱਖਣਾ ਏ, ਜੇ ਸਾਂਭੀ ਨਹੀਂ ਜਾਂਦੀ ਸਿੱਖੀ ਤੁਹਾਡੇ ਕੋਲੋਂ ਬਈ, ਤੇ ਮੁੱਢ ਤੋਂ ਹੀ ਕੇਸ ਨਾ ਰੱਖਣਾ ਬਈ, ਤੇ ਮੁੱਢ ਤੋਂ ਕੇਸ ਹੀ ਨਾ ਰੱਖਣਾ ਬਈ, ਤੇ ਮੁੱਢ ਤੋਂ ਕੇਸ ਹੀ ਨਾ ਰੱਖਣਾ ਬਈ। ਸੋ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ, ਸਪੋਰਟ ਕਰਿਓ। ਜੇ ਕਿਸੇ ਨੂੰ ਮਾੜਾ ਲੱਗਿਆ ਹੋਵੇਗਾ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ। ਸੋ ਚੰਗਾ ਜੀ, ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇੱਦਾਂ ਹੀ ਸਪੋਰਟ ਕਰਦੇ ਰਹੋ, ਛੋਟਾ ਵੀਰ ਸਮਝ ਕੇ।